अस्सलाम वालेकुम नाज़रीन, टी टाइम में खुश आमदीद। नाज़रीन, आज मुबारक देखे केक फैसल रामे की, आज सालगिरह है माशाल्लाह। और फैसल रामे ने कहा कि साजी तुसी मेरी सालगिरह रखी कटरा। मैं कहा ओके। लो जी फरी साहब जी, बिस्मिल्लाह। तेरी कितना ना? मेरी होगी 12 जुलाई दी सी। ओएश। तेरी? मेरी 24 सितंबर। तेरी? मेरी 12वें महीने 31 माशाल्लाह। हैप्पी बर्थडे टू यू। केक असी कटन लगे हैं। चुप यार, मैं आप तू मैं करनी ना सालगिरह, मैं केक कटना पर तुसी नहीं हिलना पर ताडी मेहरबानी। ठीक। मोमबत्तियां रोशनी नहीं। 52 उस्ताद जी उधर 25 कर दियो ना। तुसी चुप, तुसी नहीं बोलना। हैप्पी बर्थडे टू यू, हैप्पी बर्थडे टू यू, हैप्पी बर्थडे टू यू फैसल रामे, हैप्पी बर्थडे टू यू। देखो तो सही की बन रहा है। आप क्या क्या करते हो नाज़रीन? फैसल तेनु अल्लाह हजारा दखा करोड़ा साल जिंदगी करे। तेरे बच्चा दे सेते तन सलाम रखे। बड़ी मुश्किल ना दिन आंदे ने फैसल साहब। ठीक कर लो। कुछ किस्मत आ, तू पिछले साल भी हैगा सी यार की भी हैगा। ऐ बड़ी वड्डी गल हुंदी। सही गल। ਜਰੂਰੀ ਸਮਝਿਆ ਤੇ ਅੱਗੋਂ ਨਾ ਉਸਤਾਦ ਜੀ ਮੈਂ ਥੋੜਾ ਜਿਹਾ ਅੰਬਾਨੀ ਭਾਈ ਨਾਲ ਮੈਂ ਜਾ ਕੇ ਕਰਨੀ ਇੰਡੀਆ ਦੇ ਵਿੱਚ। ਠੀਕ ਹੈ, ਸਿਰਫ ਮੈਂ ਤੇ ਉਹ ਦੋ ਜਣੇ ਦੀ ਗੈਦਰਿੰਗ। ਠੀਕ ਹੈ, ਫਿਰ ਉਸ ਤੋਂ ਬਾਅਦ ਉੱਧਰ ਮੈਂ ਆਇਰਲੈਂਡ ਦੇ ਵਿੱਚ ਜਾਣਾ ਹੈਗਾ ਜੀ ਭਾਈਆਂ ਨਾਲ। ਕੀ ਲੈਂਡ? ਠੀਕ ਹੈ, ਫਿਰ ਉਹ ਥਾਈਲੈਂਡ ਜਾਣਾ ਹੈ ਰੁਕਤਾ ਜੀ। ਉੱਥੇ ਜਾ ਕੇ ਕੈਨੇਡਾ ਜਾ ਰਿਹਾ। ਕੈਨੇਡਾ ਜੀ ਨਾਲ ਰੋਟੀ ਲਿਆ ਦੇ ਨਾ ਮੈਨੂੰ। ਕੇਕ ਨਾਲ ਕੈਨੇਡਾ ਜੀ ਕਰਨੀ ਹੈ ਉਸਤਾਦ ਜੀ ਸਾਲਗਿਰਾ। ਮੇਰਾ ਭਰਾ ਬਣਿਆ, ਫਿਰ ਉੱਥੋਂ ਅਮੈਰੀਕਾ ਵਿੱਚ ਹੈਗਾ, ਉੱਧਰ ਜਾਣਾ, ਉੱਧਰ ਸਾਲਗਿਰਾ ਕਰਨੀ। ਜਰਮਨੀ ਦੇ ਵਿੱਚ ਕਰਨੀ, ਸਵਿਟਜ਼ਰਲੈਂਡ, ਸਕਾਟਲੈਂਡ, ਆਇਰਲੈਂਡ, ਨਿਊਜ਼ੀਲੈਂਡ, ਨੈਦਰਲੈਂਡ। ਉਹ ਨੈਦਰਲੈਂਡ ਸਾਨੂੰ ਵੀ ਕੋਈ ਕੇਕ ਦਾ ਟੋਟਾ ਦੇ ਦਿਓ ਭਾਈ, ਖਾ ਲਉਂਗੇ ਜੇ ਬਚ ਗਿਆ। ਨਾਜ਼ਰੀਨ, ਸਾਲਗਿਰਾ ਜਿਹੜੀ ਹੁੰਦੀ ਨਾ ਜੀ, ਇਹਦਾ ਮੇਨ ਮਕਸਦ ਹੁੰਦਾ, ਅੱਜ ਤੱਕ ਇਹ ਨਹੀਂ ਸਮਝ ਆਇਆ ਕਿ ਇਹਦੇ 'ਚ ਉਮਰ ਘੱਟਦੀ ਹੈ ਕਿ ਵੱਧਦੀ ਹੈ। ਯਾਨੀ ਤੁਸੀਂ ਇਹ ਕਹਿੰਦੇ ਜੀ ਕਿ ਯਾਰ 1 ਸਾਲ ਆ ਪਿੱਛੇ 24 ਦਾ ਸੀ, 45 ਦਾ ਸੀ, 46 ਦਾ ਹੋ ਗਿਆ, ਜਾਂ ਕਿ ਅਗਰ ਇਹਦੀ ਟੋਟਲ 60 ਆ ਤੇ ਉਹ 'ਚੋਂ 15 ਨਿਕਲ ਗਏ ਸੀ ਤੇ 45 ਨਿਕਲ ਗਏ ਸੀ, 15 ਰਹਿ ਗਏ ਪਿੱਛੇ, ਹੁਣ 14 ਰਹਿ ਗਏ। ਹੁਣ ਅੱਜ ਤੱਕ ਇਹ ਨਹੀਂ ਸਮਝ ਆਈ ਕਿ ਅਸੀਂ 14 ਵਾਲਾ ਕੋਈ ਕੰਮ ਕਰਨਾ ਵਾ, ਜਾਂ ਅਸੀਂ ਵਧਾਉਣ ਵਾਲੇ 'ਚ ਖੁਸ਼ੀ ਕਰਨੀ ਜਾਂ ਘਟਾਉਣ ਵਾਲੇ 'ਚ ਦੁੱਖ ਕਰਨਾ। ਲੇਕਿਨ ਦੋ ਗੱਲ ਇਹ ਆ ਕਿ ਦੋਵਾਂ 'ਚੋਂ ਗੱਲ ਇਹ ਆ ਕਿ ਜਦੋਂ ਤੁਸੀਂ ਇੱਦਾਂ ਦਾ ਸਿਲਸਿਲਾ ਹੋਏ ਫਿਰ ਨਾਜ਼ਰੀਨ ਇਹ ਆ ਖੁਸ਼ੀ ਕਰ ਲਓ, ਕਿਉਂਕਿ ਮਰ ਤਾਂ ਜਾਣਾ ਹੀ ਆ। ਖੁਸ਼ੀ ਕਰੋ। ਸਾਲਗਿਰਾ ਦਾ ਮਤਲਬ ਇਹ ਹੁੰਦਾ ਵਾ ਈਅਰ ਗਿਰਾ। ਅਗਰਬੱਤੀਆਂ ਵੀ ਨਹੀਂ ਲਾਈਆਂ ਜੀ।
दुआ कर लो कि फैसल रामे आमीन आमीन बिस्मिल्लाह रहमान रहीम या अल्लाह फैसल रामे दी फैसल रामे नु लम्मी सेहत वाली दुआ च मैं कोई मजाक नहीं कर रहा लम्मी सेहत वाली जिंदगी अता फरमा आमीन आमीन या अल्लाह फैसल रामन रामे नु अपने बच्चों के सिर पे सलामत रखी आमीन या अल्लाह फैसल रामे एता ही ਕਿੰਨੀਆਂ ਹੀ ਸਾਲਗਿਰਾਂ ਹੋਰ ਦੇਖਣੀਆਂ ਨਸੀਬ ਕਰੇ ਸਾਲਗਿਰਾਂ ਹੋਵੋ ਔਰ ਫੈਸਲ ਰਾਮੇ ਦੀ ਸਾਲਗਿਰਾਂ ਵਾਲਾ ਸਿਲਸਿਲਾ ਚੱਲਦਾ ਰਹੇ ਕਈ ਸਾਲ ਚੱਲਦਾ ਰਹੇ ਮੈਂ ਦੁਨੀਆਂ ਦੇ ਕਿਸੇ ਕੋਨੇ ਤੇ ਵੀ ਹੋਵਾਂਗਾ ਮੇਰਾ ਕੇ ਉਸਤਾਦ ਕੱਢੇਗਾ ਤੇ ਯਾਰ ਮੈਨੂੰ ਗਿਫਟ ਨਹੀਂ ਚਾਹੀਦੇ ਸਿਰਫ ਬਣਾਉਣਾ ਦੁਆਵਾਂ ਚਾਹੀਦੀਆਂ ਨੇ ਤੁਹਾਡੀਆਂ ਆਮੀਨ ਦੇਣ ਕੌਣ ਲੱਗਾ ਉਹ ਸਾਡੇ ਉਹ ਸਾਡੇ ਉਹ ਉਹ ਤੇਰੇ ਨਾਲ ਨੇ ਸਾਡੀਆਂ ਦੁਆਵਾਂ ਟੈਨਸ਼ਨ ਨਾ ਲੈ ਬਿਲਕੁਲ ਲਓ ਜੀ ਨਾਜ਼ਰੀਨ ਆ ਰੱਖ ਲਓ ਯਾਰ ਸ਼ੋਅ ਕਰਦੇ ਬਾਅਦ ਫਿਰ ਆ ਮੈਨੂੰ ਆ ਨੱਥਲੇ ਮੇਰੀ ਗੱਡੀ 'ਚ ਰੱਖ ਦੇ ਕਿਉਂ ਕੀ ਗੱਲ ਇਹ ਕਿਤੇ ਕੇਕ ਵੇਖੇ ਹੀ ਨਹੀਂ ਸਾਲਾ ਸਾਲ ਤੋਂ ਉਹਨੇ ਕਿਹਾ ਸਾਜੀ ਮੈਂ ਤੁਹਾਡੇ ਲਈ ਲੈ ਕੇ ਆਇਆ ਤੂੰ ਨਹੀਂ ਗਿਆ ਉਹ ਯਾਰ ਇਹ ਕਿਹੜੀ ਗੱਲ ਹੋਈ ਹੋਲਾ ਉਸਤਾਦ ਜੀ ਸਾਰਿਆਂ ਨੂੰ ਵੰਡੋ ਤੁਸੀਂ ਉਹਨੇ ਕਿਹਾ ਮੈਂ ਤੁਹਾਡੇ ਲਈ ਲੈ ਕੇ ਤੁਹਾਡੇ ਲਈ ਲੈ ਕੇ ਆਇਆ ਤੁਸੀਂ ਸਾਰਾ ਟੀ ਟਾਈਮ ਕਰਦੇ ਇੱਥੋਂ ਮੈਂ ਕੇਕ ਦਾ ਖਲਾਰਾ ਪਾ ਕੇ ਸਾਰਾ ਬਰਬਾਦ ਕਰ ਤੇ ਜਿਹੜਾ ਆਪ ਲੱਪ 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 ਖਾਂਦੇ ਸੀ ਇੱਕ ਬੰਦੇ ਦੀ ਤਾਂ ਖੈਰ ਆ ਇੱਕ ਬੰਦੇ ਦੀ ਖੈਰ ਸਾਰਿਆਂ ਨੂੰ ਵੰਡੀਆਂ ਪਾ ਕੇ ਉਹਦਾ ਤਾਂ ਖਲਾਰ ਸ਼ਾ ਯਾਰ ਮੈਂ ਨਹੀਂ ਖਾਂਦਾ ਕੁਝ ਨਹੀਂ ਕਰਦਾ ਸੁਣਿਆ ਕਰੋ ਯਾਰ ਜੇ ਮੈਂ ਕਰਨ ਹੀ ਲੱਗਾ ਵਾਂ ਯਾਰ ਤਾਂ ਕਹਿ ਰਿਹਾ ਹੀ ਮੈਂ ਇਧਰੋਂ ਮਾਰਨੀ ਹੈ ਤੇਰੇ ਉਧਰੋਂ ਵੀ ਮਾਰ ਦਿਓ ਤੇ ਕੋਈ ਗੱਲ ਨਹੀਂ ਤੁਸੀਂ ਆ ਕੇਕ ਦਿਓ ਸਾਨੂੰ ਆ ਫੜ ਯਾਰ ਲੈ ਫੜ ਯਾਰ ਕਾਹਦੇ ਤੋਂ ਕੇਕ ਅੱਤ ਕੇਕ ਲੈ ਕੇ ਇਧਰ ਆ ਰੱਖੋ ਗੱਡੀ ਤੇ ਰੈਡੀਏਟਰ ਚ ਕਰਦਾ ਲੈ ਲੋ ਐ ਤਾਂ ਉਹ ਭਾਈ ਆ ਵੀ ਲੋ ਜਿੱਧਰ ਗਏ ਕੇਕ ਉਧਰ ਗਈਆਂ ਬੋਤਲਾਂ ਹਾਂ ਭੋਰਾ ਭੋਰਾ ਦੇ ਦੇ ਐ ਦੇ ਭੋਰਾ ਉਸਤਾਦ ਜੀ ਉਹ ਰਾਮ ਨਾਲ ਖੋਲੀ ਦੀ ਉਸਤਾਦ ਜੀ ਸਾਰੀ ਮੂੰਹ ਦੇ ਵਿੱਚ ਪੈਣੀ ਜੇ ਅੱਲਾਹ ਕਰੇ ਕਰੇ ਸਾਲ ਵੀ ਨਾ ਦਾ ਨਜ਼ਮ ਉਹ ਜ਼ਬਤੀ ਸਾਇਆ ਗਿਆ ਇਹ ਬੋਲ ਜਾਨਵਰ ਵਾਲ ਸੇ ਇਹ ਖੋਲੀ ਇਹ ਚਲੋ ਹੁਣ ਕੇਕ ਵੀ ਦੇ ਦਿਓ ਭੋਰਾ ਭੋਰਾ ਉਹ ਯਾਰ ਕੇਕ ਨਾ ਨਾਰੇ ਫੈਸਲ ਰਾਮੇ ਦੀ ਕਿੰਨੀ ਸਾਲ ਗਰਾਈ ਤੇ ਦੱਸ ਨਾ 25 ਵੀ ਓ ਯਾਰ ਫੈਸਲ ਸ਼ੁਕਰ ਨਾ ਕਰਿਆ ਕਰ ਯਾਰ 25ਵੀਂ ਉਹ ਤੇਰੇ ਸਾਹਮਣੇ ਨੰਬਰ ਪਏ ਆ ਉਹ ਵੇਖ ਲੈ 25ਵੀਂ ਆ ਤੇ ਉਹ ਹੱਕ ਹਾਲ ਦੀ 25ਵੀਂ ਆ ਵੈਸੇ ਤੇ ਜਿਹੜੀਆਂ ਪਤਾ ਨਹੀਂ ਕਿੰਨੀਆਂ ਆ ਇਹ ਸਾਨੂੰ ਨਹੀਂ ਪਤਾ ਹੈਗਾ 25 ਸਾਲ ਦਾ ਤੇ ਕੰਨਾ ਤੁਹਾਡਾ ਨਾ ਕੀ ਹੋ ਗਿਆ ਸਾਜੀ ਹੋਣਾ ਆ ਦੇ ਉਹ ਕੇਕ ਲੈਣਾ ਫਰੀਦ ਨੇ ਤੇ ਮੈਂ ਤੁਹਾਡਾ ਨਾਮ ਲੈ ਗਿਆ ਅੱਛਾ ਹੁਣ ਆ ਪੀਣ ਵਾਲੀ ਚੀਜ਼ ਆ ਆ ਪੀਣ ਵਾਲੀ ਚੀਜ਼ ਆ ਯਾਨੀ ਨਾਰਮਲ ਆ ਲੇਕਿਨ ਕਈ ਬੰਦੇ ਐਂ ਪੀਣ ਦੇ ਜਿਵੇਂ ਖਾ ਖਾਂਦੇ ਆ ਚੱਬ ਚੱਬ ਕੇ ਪੀਂਦੇ ਅੱਛਾ ਕਈ ਐਸੇ ਹੁੰਦੇ ਨੇ ਤੋੜ ਦੇ ਲਈ ਉਹ ਪੀ ਕੇ ਨਾਲ ਦੇ ਦਿੰਦੇ ਨੇ ਮੇਰੇ ਨੂੰ ਕੋਟ ਥੋੜਾ ਫੜ ਕੇ ਨੀਵੀਂ ਤੇ ਜੋ ਦੁਬਈ ਇੱਕ ਜੂਸ ਆ ਲਾ ਮਾਫੀ ਦੇ ਓਏ ਨਾਜ਼ਰੀ ਨੇ ਤਾਂ ਨਾ ਜੂਸ ਆ ਬਾਈ ਵਾਹ ਵਾਹ ਕਿ ਤੁਸੀਂ ਤਾਂ ਦੁੱਖ ਹੋਣਾ ਕਿ ਕਿਉਂ ਮੁੱਕੀ ਜਾ ਰਿਹਾ ਹੈ ਓਏ ਹੋਏ 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 ਸਾਜੀ ਉਹ ਜੂਸ ਉਹਦਾ ਨਾਂ ਸੀ ਐਵਾਗਾਡੋ ਓ ਪਿਸਤਾਸ਼ੋ ਪਿਸਤਾਸ਼ੋ ਇਹਨੂੰ ਆਪਣੇ ਜੀਨ ਚੋਂ ਨਾ ਐਵਾਗਾਡੋ ਹਾਂ ਹਰ ਗੱਲ ਤੇ ਐਵਾਗਾਡੋ ਸਾਜੀ ਪਿਸਤਾਸ਼ੋ ਦਾ ਨਾਮ ਸੀ ਲੈਣਾ ਯਕੀਨ ਕਰੋ ਨਾਂ ਤੋਂ ਹੀ ਲੱਗਦਾ ਵਾ ਕਿ ਯਾਰ ਪਿਸਤਾਸ਼ੋ ਤੁਹਾਨੂੰ ਤੂੰ ਕਦੀ ਜੂਸ ਪੀ ਲਵੇਂ ਤੂੰ ਕਸਮੇ ਆਪਣਾ ਬਾਹਰ ਖਾ ਕੇ ਤਾਂ ਜੂਸ ਹੀ ਲੈ ਆਵੇਂ ਸਾਰਾ ਕਸਮੇ ਤੇਰਾ ਨਾਮ ਤਾਰੀਖ ਦੀਆਂ ਕਿਤਾਬਾਂ 'ਚ ਫਲੈਰੀ ਹਰੂਫ 'ਚ ਲਿਖਿਆ ਜਾਏਗਾ ਆਹੋ ਫਲੈਰੀ ਹੁੰਦਾ ਭਾਈ ਨਾ ਫਲੈਰੀ ਹਰੂਫ ਅੱਛਾ ਭਾਈ ਨਾ ਇਹ ਕੇਕ ਅਗਰ ਤੁਸੀਂ ਲੈਣਾ ਨਾ ਤੇ ਇੱਕ ਗੇਮ ਆਪਾਂ ਖੇਡਦੇ ਹਾਂ ਕਸੋਟੀ ਅਗਰ ਤੁਸੀਂ ਜਿੱਤ ਬੰਦਾ ਬੁੱਝ ਲਿਆ ਓ ਯਾਰ ਸਾਨੂੰ ਕੇਕ 15 ਸਵਾਲਾਂ 'ਚ ਤੁਸੀਂ ਬੰਦਾ ਬੁੱਝਣਾ 15 'ਚ 16 ਕਰ ਲਓ 16 ਸਹੀ ਚਲੋ ਜੀ 16 16 ਚਲੋ ਜੀ ਜਿੰਦਾ ਪਹਿਲੇ ਤੂੰ ਕੀ ਪੁੱਛਿਆ ਮੈਂ ਕੁਛ ਵੀ ਨਹੀਂ ਪੁੱਛਿਆ ਚਲੋ ਜੀ ਮਰ ਗਿਆ ਜੀ ਮਰ ਗਿਆ ਇੱਕ ਫਨੂਨੇ ਲਤੀਫਾ ਨਾਲ ਤਾਂ ਨਹੀਂ ਦੋ ਹੋ ਗਏ ਓਕੇ ਸਿਆਸਤ ਨਾਲ ਉਹਦਾ ਨਹੀਂ ਪੰਜ ਤਿੰਨ ਹੋ ਗਏ ਪਾਕਿਸਤਾਨ ਨਾਲ ਤਲਕ ਹਾਂਜੀ 4 ਹੋ ਗਏ ਮਰੇ ਨੂੰ 20 ਸਾਲ ਤੋਂ ਜ਼ਿਆਦਾ ਦੇਰ ਹੋ ਗਈ ਹਾਂਜੀ ਓਕੇ ਸ਼ਾਇਰ ਸੀ ਨਹੀਂ 6 ਹੋ ਗਏ
ਕੋਈ ਸਪੋਰਟਸਮੈਨ ਸੀਗਾ? ਹਾਂਜੀ ਸਪੋਰਟਸਮੈਨ ਹੋ ਗਏ ਸਪੋਰਟਸਮੈਨ ਕ੍ਰਿਕਟ ਨਾਲ ਤਾਂ ਲੱਗਸੀ ਉਹਦਾ ਹਾਂਜੀ ਉਹ 8 ਹੋ ਗਏ ਚਵੀਰ ਨੂੰ 8 ਰਹਿ ਗਏ 20 ਸਾਲ ਪਹਿਲਾਂ ਬਾਲਰ ਸੀ ਨਹੀਂ 9 ਹੋ ਗਏ ਟੀਮ ਦੀ ਕਪਤਾਨੀ ਵੀ ਕੀਤੀ ਕੀ ਮੈਨੂੰ ਨਹੀਂ ਪਤਾ ਮੇਰਾ ਖਿਆਲ ਕੀਤੀ ਹੈ ਕੀਤੀ ਹੈ ਕੀਤੀ 10 ਵਰਲਡ ਰਿਕਾਰਡ ਹੋਲਡਰ ਮਤਲਬ ਕਿ ਕਈ ਉਹਦਾ ਰਿਕਾਰਡ ਲਗਾ 1-2 ਨਹੀਂ ਵਰਲਡ ਰਿਕਾਰਡ 11 ਪੰਜਾਬ ਨਾਲ ਤਾਲੁਕ ਨਹੀਂ ਪਤਾ ਹਾਂਜੀ 12 ਅੱਛਾ 12 ਸਵਾਲ ਅੱਛਾ ਉਸ ਦੀ ਕਿਸੇ ਫਨਕਾਰਾ ਨਾਲ ਸ਼ਾਦੀ ਹੋਈ ਸੀ ਯਾਰ ਇਹ ਕੀ ਗੱਲ ਹੋਈ ਭਲਾ ਨਹੀਂ 13 ਨਹੀਂ ਕਿਉਂ ਰਹਿ ਗਿਆ ਵੀ 3 ਸਵਾਲ ਰਹਿ ਗਏ ਫਨਕਾਰਾ ਨਾਲ ਸ਼ਾਦੀ ਅੱਛਾ ਮੇਰਾ ਇੱਕ ਸਵਾਲ ਆ ਹਾਂਜੀ ਆਪਣੀ ਟੀਮ ਦੇ ਵਿੱਚੋਂ ਕੋਈ ਉਹਦਾ ਹਮਨਾਮ ਹੈ ਲੇਕਿਨ ਫੌਤ ਨਹੀਂ ਹੋਇਆ ਪੁੱਛ ਲੈਣਾ ਪਹਿਲੇ ਬੰਦਾ ਪਹਿਲੇ 16 ਪੂਰੇ ਕਰੋ ਜੀ ਗੱਲ ਅਜੀਬ 14 ਹੋ ਗਏ ਅੱਛਾ ਯਾਰ ਚਲੋ 20 ਸਾਲ ਤੋਂ ਘੱਟ ਹੋਏ ਨੇ ਚਲੋ ਹੁਣ ਲੱਗ ਲਓ ਚਲੋ ਜੀ 20 ਸਾਲ ਤੋਂ ਘੱਟ ਹੋਏ ਤੁਹਾਨੂੰ ਉਸ ਬੰਦੇ ਦਾ ਪਤਾ ਹੀ ਨਹੀਂ ਪਹਿਲੇ ਦਾ ਜਾਂ ਬਾਅਦ ਦਾ ਤੁਹਾਡਾ ਇਹਦਾ ਤਲਕ ਹੀ ਕੋਈ ਨਹੀਂ ਮੈਂ ਚੈਲੰਜ ਕਰਦਾ ਸਾਨੂੰ ਉਹਦਾ ਤਾਂ ਪਤਾ ਚਲੋ ਜੀ 20 ਸਾਲ ਤੋਂ ਘੱਟ ਹੋਏ ਤੁਸੀਂ ਬੰਦਾ ਲੱਭ ਲਓ ਜਾਓ ਕੇਕ ਦੇ ਨਾਲ 1000 ਰੁਪਈਆ ਵੀ ਦਿਆਂਗਾ ਜਾਓ ਐਡੇ ਤੁਸੀਂ ਬੰਦੇ ਦਾ ਨਾਮ ਤੁਹਾਨੂੰ ਨਾ ਹੀ ਦੱਸਦੇ ਆ ਤੁਹਾਨੂੰ ਸਿੱਧਾ ਹੀ ਨਾ ਲਓ ਜੀ ਮੈਂ ਤੁਹਾਨੂੰ ਹਿੰਟ ਦੇ ਦਿੰਦਾ 4 ਨੁਕਤੇ ਨੇ ਉਹਨਾਂ ਦੇ ਪੂਰੇ ਨਾਮ 'ਚ 4 ਨੁਕਤੇ ਨੇ ਮੁਸ਼ਤਾਕ ਅਹਿਮਦ ਉਹ ਤਾਂ 5 ਬਣ ਗਏ ਭਾਈ 92 ਵਾਲੇ ਵਰਲਡ ਕੱਪ ਵਾਲੀ ਟੀਮ 'ਚ ਹੈ ਸੀ ਨਹੀਂ ਉਹ ਤੋਂ ਪੁਰਾਣਾ ਹੀ ਹੈ 15 ਹੋ ਗਏ ਸਰ ਜੀ ਕਸਮੇ ਤੁਸੀਂ ਕੇਕ ਨਹੀਂ ਦੇਣਾ ਨਾ ਦੋ ਅੱਛਾ 92 ਤੋਂ ਪਹਿਲੇ ਨਹੀਂ ਹੋਈ ਗੇਮ ਮੈਂ ਉਹ ਕਹਿ ਰਿਹਾ ਕਿ ਉਸ ਤੋਂ ਪੁਰਾਣਾ ਉਹ ਹਾਂਜੀ 92 ਤੋਂ ਪਹਿਲੇ ਭਾਈ ਨਾ ਬਹੁਤ ਕ੍ਰਿਕਟ ਹੋਈ ਆ ਇਮਰਾਨ ਖਾਨ ਸਾਹਿਬ ਤੋਂ ਪਹਿਲੇ ਬਹੁਤ ਕ੍ਰਿਕਟ ਹੋਈ ਆ ਉਹ ਕ੍ਰਿਕਟ ਤੋਂ ਪਹਿਲੇ ਮਨਿਆਰੀ ਦਾ ਕੰਮ ਕਰਦਾ ਰਹੇ 16 ਪੂਰੇ ਹੋ ਗਏ ਭਾਈ ਚਲੋ ਉਹ ਤੂੰ ਕੀ ਮੈਂ ਤੇ ਰੋਲਾ ਮਕਾਇਆ ਨਸੀ ਲੱਭਣਾ ਇੱਕ ਸਵਾਲ ਨਾ ਨਹੀਂ ਲੱਭੇ 15 ਨਾ ਨਹੀਂ ਲੱਭੇ ਹਾਰ ਗਏ ਭਾਈ ਠੀਕ ਹੀ ਗੱਲ ਭਾਈ ਨੋ ਸੀ ਸਹੀ ਦਾ ਬਾਸ ਹੈ ਲੈ ਮੈਂ ਕੀ ਕਿਹਾ ਸਹੀ ਸੀ 3 ਨੁਕਤੇ ਨੇ ਅਬਾਸ 1 ਨੁਕਤਾ ਹੈ ਲੈ ਮੈਂ ਉਹ ਰੋਣਾ ਇਹ ਜਰਮਨ ਗੱਲਾਂ ਕਰਦੇ ਨੂੰ ਇਹ ਨਹੀਂ ਪਤਾ ਕਿ ਉਹ 20 ਸਾਲ ਉਹਨਾਂ ਨੂੰ ਤੋਂ ਇੱਕ ਮਿੰਟ ਉਹ ਯਾਰ ਇੱਕ ਮਿੰਟ ਯਾਰ ਤੁਸੀਂ ਕੰਫਿਊਜ਼ ਅੱਛਾ ਠਹਿਰ ਤੁਸੀਂ ਸਾਨੂੰ ਕਿਉਂ ਭਈ ਉਹ 20 ਸਾਲ ਤੋਂ ਵੀ ਪਹਿਲਾਂ ਫੌਤ ਹੋ ਗਏ 20 ਸਾਲ ਪਹਿਲਾਂ ਚਲੋ ਦੱਸੋ ਜੀ ਤੁਸੀਂ ਦੱਸ ਦਿਓ ਪਹਿਲੇ ਫੌਤ ਇੱਕ ਬਾਅਦ ਬਾਅਦ ਚ ਫੌਤ ਹੋਏ ਤੇ ਮੈਂ ਤੁਹਾਨੂੰ ਕਿਹਾ ਬਾਅਦ ਚ ਤੁਹਾਡੇ ਫੇਰ ਵੀ ਨਹੀਂ ਜ਼ੇਨ ਚ ਆਇਆ ਇਸ ਤਰ੍ਹਾਂ ਇਹਦੇ ਨਾਲ ਤੁਹਾਡਾ ਤਰਲਾ ਵੀ ਕੋਈ ਨਹੀਂ ਗਾ ਕਿਉਂ ਅਸੀਂ ਇੱਕ ਤੁਹਾਡੇ ਜ਼ੇਨ ਚ ਨਹੀਂ ਸੀ ਬਸ ਕਰਦੇ ਅੱਛਾ ਇੱਕ ਹੋਰ ਕਰੋ ਲੇਕਿਨ ਖੁਦਾ ਦਾ ਨਾਂ ਜੀ ਬੰਦਾ ਨਾ ਕਰੋ 10 ਸਵਾਲ ਫਿਰ ਹੋਣੇ 10 ਚਲੋ ਜੇ 2-4 ਛੇ ਮੈਂ ਬੰਦਾ ਵੀ ਆਸਾਨ ਸੋਚਾਂਗਾ ਜਾਓ ਨਹੀਂ ਬੰਦਾ ਆਸਾਨ ਨਹੀਂ ਸੋਚਣਾ ਤੁਸੀਂ 10 ਸਵਾਲ ਅੱਛਾ ਜੀ ਬੰਦਾ ਤੁਸੀਂ ਮੁਸ਼ਕਲ ਲੇਕਿਨ ਹੋਵੇ ਅਥੈਂਟਿਕ ਅਜ਼ਹੀਰ ਬਾਸ ਅਥੈਂਟਿਕ ਨਹੀਂ ਦੁਨੀਆ ਚ ਨਾ ਅਜ਼ਹੀਰ ਬਾਸ ਦਾ ਪੂਰਾ ਤੁਹਾਨੂੰ ਵੀ ਨਹੀਂ ਨਾ ਸੀ ਪਤਾ ਆਹੋ ਲੇਕਿਨ ਮੈਨੂੰ ਅਜ਼ਹੀਰ ਬਾਸ ਦਾ ਤੇ ਪਤਾ ਸੀ ਨਾ ਹਾਂਜੀ ਮੈਂ ਲਵਾ ਦਿੰਦਾ ਬੰਦਾ ਹਾਂਜੀ ਮੈਂ ਲਵਾ ਦਿੰਦਾ ਲਓ ਜੀ ਨਹੀਂ ਤੂੰ ਨਾ ਲਵਾ ਮੈਂ ਬੰਦਾ ਮੈਂ ਹੀ ਲਵਾਉਣਾ ਠੀਕ ਚਲੋ ਜੀ ਗੱਲ ਹੈ ਜੀ ਕਿ ਸਵਾਲ ਕਿੰਨੇ ਜੀ ਕਿੰਨੇ ਸਵਾਲ ਤੁਸੀਂ ਦੱਸੋ 16 ਹੀ ਯਾਰ 16 ਯਾਰ 16 ਨੇ ਯਾਰ ਇਹ ਕਿਹੜੀ ਗੱਲ ਹੈ ਤੁਸੀਂ ਕੀ ਇੱਕ ਵੀ ਨਹੀਂ ਦੇ 16 ਸਵਾਲ ਨਹੀਂ ਨੁਕਤੇ ਨੇ ਹਜ਼ਰ ਚ ਚਾਰ ਜ਼ੋਏ ਦਾ ਤੇ ਇਹ ਦੇ ਦੋ ਤੇ ਬਾਸ ਚ ਇੱਕ ਹੁੰਦਾ ਤੇ 4 ਨੇ ਆ ਤੇ 4 ਹੀ ਗਿਆ ਸੀ ਮੈਂ 5 ਗਿਆ 5 ਉਹਨੇ ਕਿਹਾ ਸੀ ਮੁਸ਼ਤਾਕ ਚ 5 ਹੁੰਦੇ ਆ ਚਲੋ ਜੀ ਐਵੇਂ ਇਹਨੇ ਲੁੱਟ ਤਰੀ ਰੱਖਣਾ ਨਾ ਚਲੋ ਹਾਂਜੀ ਸੋਚ ਲੈ ਜੀ ਹਾਂਜੀ ਸੋਚ ਲੈ ਬੰਦਾ ਲਿਖ ਲਓ ਤੁਸੀਂ ਠਹਿਰ ਜਾ ਓਕੇ ਸੋਚ ਲਿਆ ਭਾਈ ਹਾਂਜੀ ਜਲਦੀ ਕਰੋ ਜਲਦੀ ਮੁਰਦਾ ਜਾਂ ਜ਼ਿੰਦਾ ਜ਼ਿੰਦਾ ਪਾਕਿਸਤਾਨੀ ਹਾਂਜੀ ਦੋ ਫਲੂਣੇ ਲਤੀਫਾ ਜਿਹੜਾ ਲੈ ਕੇ ਫਿਰਦੇ ਹੁੰਦੇ ਪੁੱਛੋ 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 ਇੱਕੋ ਹੀ ਤੁਹਾਨੂੰ ਪਤਾ ਉਹ ਕਹਿੰਦਾ ਇੱਕੋ ਹੀ ਤੇ ਫਲੂਣੇ ਲਤੀਫਾ ਦੱਸ ਦਿਆ ਫਲੂਣੇ ਲਤੀਫਾ ਨਹੀਂ ਕੋਈ ਤਾਂ ਲੱਗਣੀ 3 ਹੋ ਗਏ ਨਹੀਂ 4 ਹੋ ਗਏ ਠੀਕ ਹੋ ਗਿਆ ਗੇਮ ਬਾਜ਼ੀ ਨਹੀਂ 5 ਹੋ ਗਏ
ਯਾਨੀ ਸਪੋਰਟ ਦਾ ਨੇ ਪੁੱਛ ਲਿਆ ਹੁਣ ਪੰਜ ਹੋ ਗਏ ਚਲੋ ਜੀ ਸਪੋਰਟ ਚ ਕੀ ਹੁੰਦਾ ਸਾਰਾ ਕੁਛ ਹੀ ਹੁੰਦਾ ਜੋ ਜੋ ਖੇਡਦੇ ਜੂਏ ਤੋਂ ਇਲਾਵਾ ਵਜਾ ਸ਼ੋਹਰਤ ਪੁੱਛੀ ਦੀ ਵਜਾ ਸ਼ੋਹਰਤ ਕ੍ਰਿਕਟ ਆ ਐਵੇਂ ਪੁੱਛੀਦਾ ਕਹਿੰਦਾ ਵਜਾ ਸ਼ੋਹਰਤ ਲੈ ਕੱਲੀ ਵਜਾ ਸ਼ੋਹਰਤ ਦੱਸ ਕੇ ਪੜ ਜਾਵਾਂ ਅੱਛਾ ਭਾਈ ਮਾਮਾ ਵਜਾ ਸ਼ੋਹਰਤ ਕਿਹਾ ਕਿ ਉਹ ਮਰ ਗਏ ਨੇ ਜ਼ਿੰਦਾ ਨਹੀਂ ਨਹੀਂ ਮੈਂ ਕਿਹਾ ਜ਼ਿੰਦਾ ਨੇ ਅੱਛਾ ਜ਼ਿੰਦਾ ਨੇ ਹਾਂਜੀ ਜ਼ਿੰਦਾ ਨੇ ਫਨੂਨ ਲਤੀਫਾ ਨਾਲ ਕੋਈ ਤਲਕ ਨਹੀਂ ਸਿਆਸਤ ਨਾਲ ਕੋਈ ਤਲਕ ਨਹੀਂ ਸਪੋਰਟ ਨਾਲ ਕੋਈ ਤਲਕ ਨਹੀਂ ਸਪੋਰਟ ਨਾਲ ਕੋਈ ਪੰਜ ਹੋ ਗਏ ਪਾਕਿਸਤਾਨੀ ਹੋ ਹਾਂਜੀ ਛੇ ਹੋ ਗਏ ਉਹਦੇ ਸਵਾਲ ਸੀ ਉਹਦੇ ਆਪਣੇ ਸਵਾਲ ਸੀ ਮੈਨੂੰ ਪਤਾ ਨਹੀਂ ਸੀ ਵੀ ਇਹਨਾਂ ਨੇ ਪੁੱਛਿਆ ਚਲੋ ਠੀਕ ਹੈ ਠੀਕ ਤੂੰ ਪਹਿਲੇ ਮੇਰੇ ਕੋ ਪੁੱਛ ਲਿਆ ਕਰ ਯਾਰ ਨਹੀਂ ਸਾਜੀ ਆ ਨਹੀਂ ਸਵਾਲ ਕਿਹਾ ਜਾਣਾ ਪਾਇਰੋ ਨੇ ਸਵਾਲ ਸਹੀ ਕੀਤਾ ਸਾਜੀ ਵੇਖ ਲੋ ਤੁਹਾਡੀ ਉਹਨੇ ਸਹੀ ਕੀਤਾ ਸਵਾਲ ਤੁਸੀਂ ਵੀ ਹੁਣੇ ਥੋੜੀ ਦੇਰ ਤੱਕ ਕਰਨਾ ਸੀ ਮੈਂ ਪਹਿਲੇ ਪੁੱਛਿਆ ਸੀ ਤੁਹਾਡੇ ਕੋ ਫਿਰ ਉਹਨੂੰ ਰੋਕਣਾ ਸੀ ਫਿਰ ਮੈਂ ਆ ਨਹੀਂ ਗੱਲ ਕਾਤੋਂ ਇੱਕ ਮਿੰਟ ਯਾਰ ਉਹਦਾ ਸਵਾਲ ਆ ਉਹਦੀ ਸਿਰ ਪੀੜਾ ਉਹਨੂੰ ਰੋਕੋ ਲੇਕਿਨ ਉਹਦੇ ਦੀਨ ਦੇ ਵਿੱਚ ਨੀ ਹੈਗਾ ਮਤਲਬ ਮਸ਼ਹੂਰ ਜਿੱਦਾਂ ਹੁੰਦੇ ਨੇ ਉਲਮਾ ਇਕਰਾਮ ਜੀ ਉਹ ਟਾਈਪ ਨੀ ਹੈਗਾ ਸੱਤ ਫੌਜੀ ਅੱਠ ਸੋਸ਼ਲ ਵਰਕਰ ਨੌ ਪੁੱਛ ਲਿਆ ਤੁਸੀਂ ਜ਼ਿੰਦਾ ਹੈ ਕਿ ਨਹੀਂ ਹੈ ਤੂੰ ਨਾ ਪੁੱਛ ਆਹੋ ਮੈਂ ਤੁਹਾਨੂੰ ਹੀ ਪੁੱਛਣਾ ਪੜਾ ਮੈਂ ਤੁਹਾਨੂੰ ਪੁੱਛਣਾ ਹੁੰਦਾ ਪੁੱਛ ਲਿਆ ਚਲੋ ਠੀਕ ਹੈ ਜ਼ਿੰਦਾ ਵਾ ਇਹ ਪੁੱਛ ਲਿਆ ਕਿ ਜ਼ਿੰਦਾ ਕਿ ਨਹੀਂ ਕੋਈ ਜਰਨਲਿਸਟ ਨਹੀਂ 11 ਹੋ ਗਏ ਜਰਨਲਿਸਟ ਵੀ ਨਹੀਂ ਗਾ ਤੇ ਹੋਰ ਕੀ ਹੋ ਸਕਦਾ ਸਭ ਤੋਂ ਬਹੁਤ ਹੀ ਫਿਕਰ ਪਈ ਜਿਹਨੂੰ ਸਭ ਤੋਂ ਘੱਟ ਪਤਾ ਵਕੀਲ ਵੀ ਨਹੀਂ ਹੈਗਾ ਉਹਦੀ ਮੁਰਗੀਆਂ ਦੀ ਦੁਕਾਨ ਰਹੀ ਕਿਸੇ ਸੰਨ ਚ ਨਹੀਂ ਭਾਈ ਮੇਰਾ ਸਵਾਲ ਮੇਰਾ ਸਵਾਲ ਮੇਰੀ ਮਰਜ਼ੀ ਮੌਜੂਦਾ ਸੂਰ ਦੇ ਹਾਲ ਹੈ ਜੀ ਉਹ 60 ਪਲੱਸ ਨਹੀਂ ਤੇਰਾਂ ਸਵਾਲ ਹੋ ਗਏ ਤਿੰਨ ਤੁਹਾਡੇ ਸਵਾਲ ਰਹਿ ਗਏ ਤੇਰਾਂ ਸਵਾਲ ਰਹਿ ਗਏ ਯਾਰ ਮੈਂ ਇਹੀ ਪੁੱਛਿਆ ਕਿ ਓਲਡ ਹੈ ਕਿ ਯੰਗ ਹੈਗਾ ਹਾਂਜੀ ਤੇਰਾ ਸਵਾਲ ਸੱਠ ਤੋਂ ਉੱਤੇ ਨਹੀਂ ਹੈਗਾ ਚਲੋ ਜੋ ਤੁਸੀਂ ਸਵਾਲ ਪੁੱਛੇ ਤਾਂ ਉਹਦਾ ਜਵਾਬ ਇਹ ਹੈ ਤੁਸੀਂ ਕਿਹਾ ਸੱਠ ਤੋਂ ਉੱਪਰ ਆ ਮੈਂ ਕਿਹਾ ਨਹੀਂ ਤੇਰਾਂ ਹੋ ਗਿਆ ਚਲੋ ਜੀ ਸਿਆਸਤ ਦਾ ਵੀ ਕੋਈ ਤਲਕ ਨਹੀਂ ਆ ਜ਼ਿੰਦਾ ਵੀ ਹੈਗਾ ਵੇ ਪਾਕਿਸਤਾਨ ਨਹੀਂ ਹੈ ਸਪੋਰਟਸ ਦੇ ਨਾਲ ਵੀ ਕੋਈ ਤਲਕ ਨਹੀਂ ਉਹਦਾ ਠੀਕ ਹੈ ਨਾ ਉਹ ਟੀਵੀ ਤੇ ਅੱਜ ਤੱਕ ਆਇਆ ਟੀਵੀ ਤੇ ਆਇਆ ਵਾ ਨਹੀਂ ਯਾਰ ਨਹੀਂ ਫਨੂਨ ਲਤੀਫਾ ਨਾਲ ਉਹਦਾ ਤਲਕ ਹੀ ਕੋਈ ਨਹੀਂ ਹੈਗਾ ਨਹੀਂ ਟੀਵੀ ਤੇ ਆ ਜਾਂਦਾ ਫਿਰ ਵੀ ਬੰਦਾ ਅੱਛਾ ਸਰ ਸਿੰਧ ਨਾਲ ਤਾਲੁਕ ਨਹੀਂ ਭੈਣ ਸਵਾਲ ਮੰਨਦੇ ਹੁਣੇ ਦੱਸ ਦਿਓ ਨਹੀਂ ਯਾਰ ਸਵਾਲ ਮੰਨਣੇ ਨੀ ਅਸੀਂ ਮੈਂ ਵੈਸੇ ਪੁੱਛਿਆ ਮੈਂ ਕਿਹਾ ਕਈਆਂ ਨੇ ਬਾਹਰ ਰੱਖੇ ਹੁੰਦੇ ਅੱਛਾ ਇਹ ਇੰਜ ਬੰਦੇ ਦੇ ਕੋਲ ਆਏ ਨੇ ਬਿਲਕੁਲ ਤਕਰੀਬਨ ਇਹਨਾਂ ਨੇ ਨਾਂ ਹੀ ਲੈ ਲਿਆ ਬੰਦੇ ਦਾ ਇਹਨਾਂ ਚੋਂ ਚਾਰਾਂ ਚੋਂ ਇੱਕ ਨੇ ਤੇ ਮੈਂ ਬਾਕੀ ਕਹਿੰਦੇ ਨੇ ਨਹੀਂ 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 ਮੈਂ ਕਿਹਾ ਓਕੇ ਨਹੀਂ ਸਹੀ ਕਸਮ ਵਾਲੀ ਗੱਲ ਆ ਰੱਬ ਦੀ ਕਸਮ ਇੱਕ ਬੰਦੇ ਨੇ ਡਾਇਰੈਕਟ ਉਹਦੇ ਪੇਸ਼ੇ ਦਾ ਹੀ ਨਾਂ ਲੈ ਲਿਆ ਤੇ ਮੈਂ ਦੇਖਿਆ ਇੱਧਰ ਉੱਧਰ ਮੈਂ ਕਿਹਾ ਹਾਂਜੀ ਇਹਨਾਂ ਨੇ ਕਿਹਾ ਨਹੀਂ ਜੀ ਨਹੀਂ ਐ ਨਹੀਂ ਹੈਗਾ ਸਵਾਲ ਮੈਂ ਕਿਹਾ ਜੀ ਓਕੇ ਸ਼ਾਇਦ ਪੁੱਛੋ ਨਾ ਕੈਸੇ ਮੈਨੇ
ਸੋਲਾਂ ਪੂਰੇ ਗੱਪਾ ਹੈ ਨਾ ਸਾਹਮਣੇ ਦੰਦਾਂ ਵਾਲਾ ਡਾਕਟਰ ਨੀ ਆਪਣਾ ਤੁਸੀਂ ਪਹਿਲੇ ਹਰੇ ਇੱਕ ਮੈਂ ਫੈਸਲ ਨੇ ਕਿਹਾ ਵੀ ਇਹ ਡਾਕਟਰ ਆ ਤੇ ਮੈਂ ਕਿਹਾ ਮੈਂ ਚ ਕਰਕੇ ਮੈਂ ਕਿਹਾ ਹਾਂਜੀ ਕਹਿੰਦਾ ਨਹੀਂ 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 ਮੈਂ ਕਿਹਾ ਮਸ਼ਹੂਰ ਅੱਛਾ ਚਲੋ ਤੁਸੀਂ ਤੁਹਾਨੂੰ ਕਸਮ ਲੱਗੇ ਤਿੰਨਾਂ ਨੂੰ ਜੇ ਤੁਸੀਂ ਵਿੱਚ ਬੋਲੋ ਤੇ ਲਓ ਜੀ ਇੱਕ ਮੈਂ ਜਾਨਵਰ ਸੋਚ ਲਿਆ ਵੀਹ ਦੇ ਵੀਹ ਸਵਾਲ ਸਿਰਫ ਇਹ ਕਰੇਗਾ ਚਲੋ ਹੁਣ ਤੁਹਾਡਾ ਕੇਕ ਇਹਦੇ ਅੱਛਾ ਤੁਸੀਂ ਨੀ ਬੋਲਣਾ ਚੱਲ ਫਿਰ ਵੀ ਮੇਰੇ ਤੇ ਨੈਸ਼ੀ ਪਾਉਣੀ ਮੈਨੂੰ ਵੀਹ ਦੇ ਵੀਹ ਤੂੰ ਕਰਨੇ ਆ ਤੇ ਕਰੀ ਜਾਣੇ ਆ ਆਖਰੀ ਚਾਂਸ ਆ ਭਾਜੀ ਓਕੇ ਠੀਕ ਆ ਜੀ ਪਾਕਿਸਤਾਨ ਦੀ ਸ਼ਾਇਦ ਜੀ ਉਜੇਰੀ ਉੱਪਰ ਉਡਾ ਮਾਮਾ ਮੈਨੂੰ ਸੋਚ ਲੈ ਅੱਛਾ ਚਲੋ ਕਹਿੰਦਾ ਪਾਕਿਸਤਾਨੀ ਪ੍ਰੋਡਕਟ ਪ੍ਰੋਡਕਟ ਬਹਿ ਜਾ ਲਓ ਜੀ ਜਾਨਵਰ ਸੋਚ ਜਾਨਵਰ ਕਿ ਬੰਦਾ ਦੱਸ ਤੂੰ ਦੱਸ ਜਾਨਵਰ ਸੋਚ ਲਓ ਜਾਨਵਰ ਚਲੋ ਜਾਨਵਰ ਸੋਚ ਮੇਰਾ ਹੱਥ ਖੁੱਲ ਗਿਆ ਜਾਨਵਰ ਸੋਚ ਲੈਣੇ ਚਲੋ ਜੀ ਮਤਲਬ ਮੇਰੇ ਪਾਕਿਸਤਾਨ ਚ ਹੈ ਵਾ ਹਾਂਜੀ ਹੈ ਓਕੇ ਗਰਾਉਂਡ ਮਾਰ ਰਿਹਾ ਨਾ ਹੁਣ ਵਿੱਚ ਮੈਂ ਆਪਣੇ ਸਾਹਮਣੇ ਚਿੜੀਆਘਰ ਚ ਵੀ ਹੈ ਜਿੰਦਾ ਵਾ ਨਹੀਂ ਮਰ ਗਿਆ ਫਲੂਨੇ ਲਤੀਫਾ ਨਾਲ ਵੀ ਤਲਕ ਉਹਦਾ ਕਿਹੜਾ ਜਾਨਵਰ ਪੀ ਐਚ ਡੀ ਕਰਕੇ ਫਿਰ ਲੱਖ ਲਾਨਤ ਤੇਰੇ ਤੇ ਕਿਹੜਾ ਜਾਨਵਰ ਚਾਰ ਹੋ ਗਏ ਚੱਲ ਅੱਛਾ ਉਹ ਆਪਣੀ ਆਈ ਨਾ ਮਰਿਆ ਕਿ ਹਾਦਸਾਤੀ ਤੌਰ ਤੇ ਮਤਲਬ ਜਾਂ ਕੋਈ ਗੱਡੀ ਗੁੱਡੀ ਵੱਜੀ ਉਸ ਆਪਣੀ ਆਈ ਨਾ ਮਰਿਆ ਪੂਰੀ ਦੁਨੀਆਂ ਚ ਇੱਕ ਹੀ ਜਾਨਵਰ ਆਉਂਦੀ ਹੋਰ ਕੋਈ ਨਸਲ ਆਪਣੀ ਆਈ ਨਾ ਮਰਿਆ ਵੀ ਆਪਣੀ ਆਈ ਨਾ ਬਚਿਆ ਵੀ ਫਿਰਦਾ ਇੱਕੋ ਨਾਗ ਲੱਭਣ ਡਿਆ ਅੱਛਾ ਪੰਜ ਚੱਲ ਪਾਣੀ ਨੀ ਪੀਂਦਾ ਉਹ ਪਾਣੀ ਵੀ ਪੀਂਦਾ ਛੇ ਹੋ ਗਏ ਪਾਣੀ ਵੀ ਪੀਂਦਾ ਹੋਰ ਦੱਸ ਉਹ ਕਹਿਣ ਡਿਆ ਵਾ ਨਹੀਂ ਉਹਨੇ ਪੁੱਛਿਆ ਨਹੀਂ ਪਾਣੀ ਪੀਂਦਾ ਹਾਂ ਛੇ ਹੋ ਗਏ ਦੱਸਣ ਡਿਆ ਉਹ ਯਾਰ ਚੁੱਪ ਕਰ ਜਾ ਤੁਸੀਂ ਹਾਂਜੀ ਛੇ ਹੋ ਗਏ ਉਹ ਜਦੋਂ ਉਹਨੂੰ ਕਰਦੇ ਆ ਮਤਲਬ ਜ਼ਿਬਾ ਹੁੰਦਾ ਹੈ ਜ਼ਿਬਾ ਹੁੰਦਾ ਹੁੰਦਾ ਜ਼ਿਬਾ ਵੀ ਹੁੰਦਾ ਵਾ ਤੇ ਪਾਕਿਸਤਾਨੀ ਪਾਕਿਸਤਾਨੀ ਅੱਛਾ ਜ਼ਿਬਾ ਦੁਨੀਆਂ ਦਾ ਹਰ ਜਾਨਵਰ ਹੋ ਜਾਂਦਾ ਵਾ ਅੱਛਾ ਨਹੀਂ ਮਤਲਬ ਜੇਬ 'ਚ ਰੱਖੀ ਖਾਲੀ ਦਾ ਆ ਉਹਦਾ ਗੋਸ਼ਤ ਹਾਂ ਇਦਾਂ ਪੁੱਛ ਜ਼ਿਬਾ ਦਾ ਇਦਾਂ ਤੇ ਮੈਂ ਤੈਨੂੰ ਕਹਾਂ ਵੀ ਕੁੱਤਾ ਉਹ ਵੀ ਹੋ ਜਾਂਦਾ ਆਓ ਨਹੀਂ ਇਹ ਜੇਬ 'ਚ ਰੱਖੀ ਮੈਂ ਤੈਨੂੰ ਬਾਅਦ 'ਚ ਰੌਲਾ ਨਾ ਪਾਈ ਇਸ ਤੋਂ ਹਲਾਲ ਹਰਾਮ ਇਹ ਅਗਲਾ ਸਵਾਲ ਆ ਹੁਣ ਹਾਂਜੀ ਅਗਲਾ ਹਾਂ ਹਲਾਲ ਅੱਠ ਹੋ ਗਏ ਹਲਾਲ ਮੱਛਲੀ ਮੱਛਲੀ ਨਹੀਂ ਜਾਨਵਰ ਹੁੰਦਾ ਇੱਕ ਤੂੰ ਬਣਾ ਦੇ ਨੌ ਹੋ ਗਏ ਬਿਸਕੁਟ ਵੀ ਖਵਾ ਦੋ ਸਾਰਾ ਕੁਛ ਖਾ ਲੈਂਦਾ ਓਕੇ ਦਸ ਹੋ ਗਏ ਚੰਪ ਮਾਰ ਲੈਂਦਾ ਵਾਲਾ ਨਹੀਂ ਗਿਆਰਾਂ ਹੋ ਗਏ ਹੁਣ ਉਹ ਮਰ ਗਿਆ ਤੇਰਾਂ ਹੋ ਗਏ ਮੈਂ ਇੱਕ ਕੋਈ ਜਿਹੜਾ ਵੇਖਿਆ ਸਿਰਫ ਉਹਦੀ ਗੱਲ ਕਰਦੇ ਤੇਰਾਂ ਹੋ ਗਏ ਚਲੋ ਤੇਰਾਂ ਹੋ ਗਏ ਹਲਾਲ ਵੀ ਹੈਗਾ ਤੁਸੀਂ ਕਿਹਾ ਹਲਾਲ ਹਾਂਜੀ ਹਾਂਜੀ ਟੀਵੀ ਟੂਵੀ ਤੇ ਆਇਆ ਵਾ ਹਾਂਜੀ 14 ਹੋ ਗਏ ਟੀਵੀ ਤੇ ਵੀ ਆਇਆ ਹਾਂਜੀ 200 ਕਿਲੋ ਤੋਂ ਉੱਤੇ ਦਾ ਵਾ ਕਿ 200 ਕਿਲੋ ਘੱਟ ਦਾ ਵਾ
ਬੜਾ ਵੱਡਾ ਸਵਾਲ ਕਰਤਾ ਜੀ ਉਹਨੇ ਸਵਾਲ ਆ ਬਸਰੀ ਹਾਂਜੀ 200 ਕਿਲੋ ਤੋਂ ਉੱਤੇ ਦਾ ਵਾ 17 ਹੋਏ 200 ਕਿਲੋ ਕਿੰਨਾ 4 ਮਣ ਹੁੰਦਾ ਸਿਰਫ ਸਹੀ ਬੜਾ ਵਜ਼ਨ ਹੁੰਦਾ 200 ਕਿਲੋ ਨਹੀਂ ਕੋਈ ਨਹੀਂ ਹੁੰਦਾ ਐਡਾ 200 ਕਿਲੋ ਤੋਂ ਭਾਰਾ ਵਾ ਉਹ 4 ਰਹਿ ਗਏ 4 ਹਾਥੀ ਊਂਟ ਤੇ ਉਹ ਜਿਹੜਾ ਕਿਹੜਾ ਵਾ ਦਰਿਆਈ ਘੋੜਾ 4 ਰਹਿ ਗਏ ਘੋੜਾ ਜਾਨਵਰ ਦਾ ਕੋਈ ਤਲਕ ਜਾਂ ਪੰਜਾਬ ਚ ਵੀ ਹੈ ਪੰਜਾਬ ਨਾਲ ਉਹਦਾ ਤਲਕ ਵੀ ਆ ਮਤਲਬ ਪੰਜਾਬ ਚ ਹੈ ਵਾ 17 ਹੋ ਗਏ ਚਲੋ ਪੰਜਾਬ ਦੀਆਂ ਏਜੰਸੀਆਂ ਨਾਲ ਤਲਕ ਲੱਖ ਦੀ ਲਾਨਤ 17 ਹੋ ਗਏ ਚੱਲ ਤੇ ਹਲਾਮ ਵੀ ਨੀ ਗਾ ਹਲਾਮ ਹਲਾਮ ਹਰਾਮ ਚੀਤਾ ਪਾਕਿਸਤਾਨੀ ਵੀ ਆ ਤੇ ਚਿੜੀਆ ਘਰ ਚ ਵੀ ਆ ਪੰਜਾਬ ਨਾਲ ਵੀ ਤਲਕ ਆ ਜਿੰਦਾ ਵੀ ਆ ਤੇ ਮਰ ਵੀ ਗਿਆ ਚੀਤਾ ਕੌਣ ਖਾਂਦਾ ਵਾ ਜਦੋਂ ਭੁੱਖ ਲੱਗੀ ਹੁੰਦੀ ਚੱਲ ਪੁੱਛ ਲੈ 17 ਹੋ ਗਏ ਜਾਂ 3 ਹੋਰ 18 ਹੋ ਗਏ ਚੀਤਾ ਨਹੀਂ ਗਾ ਨਹੀਂ ਉਹ ਆਪੇ ਇੱਕ ਸਵਾਲ ਹੋ ਜਾਏਗਾ ਅੱਛਾ 17 ਹੋ ਗਏ ਚੱਲ ਲੱਗਦਾ ਚੀਤਾ ਨਹੀਂ ਲਓ ਜੀ ਨਾਜ਼ਰੀ ਚੱਲ 17 ਹੋ ਗਏ ਹਰਾਮ 200 ਕਿਲੋ ਤੋਂ ਉੱਤੇ ਕਿਹੜਾ ਚੜਾਉਣ ਹਲਾਲ ਹਲਾਲ ਚ ਊਂਟ ਨਹੀਂ ਫਾਈਨਲ ਫਾਈਨਲ ਕਰੋ ਫਾਈਨਲ ਫਾਈਨਲ ਊਂਟ ਰਹਿਣ ਦੋ ਹਿਰਨ ਹੋਵੇ ਨਹੀਂ ਹਾਥੀ ਨੀ ਹੋਣਾ ਮੇਰੇ ਹਿਸਾਬ ਨਾਲ ਮੈਂ ਕਦੀ ਕਿਸੇ ਨੂੰ ਕਰਦੇ ਵੇਖਿਆ ਹੀ ਇੱਕ ਸਵਾਲ ਰਹਿ ਗਿਆ ਮੁਰਗੀ 200 ਕਿਲੋ ਤੇ ਉੱਤੇ ਕਿਹੜੀ ਮੁਰਗੀ ਬਰਫਾਨੀ ਲਾਗੇ ਨਹੀਂ ਭੈਣ ਬਾਈ ਹਾਂਜੀ ਵੱਡੀ ਤੇ ਕੀਤਾ ਜਾਂਦਾ ਕੀਤਾ ਜਾਂਦਾ ਸਵਾਲ ਪੂਰੇ ਹੋ ਗਏ ਬਸ ਬਸ ਜਵਾਬ ਦੇਣਾ ਸੀ ਜਵਾਬ ਕਿਆ ਮਤਲਬ ਚਲੋ ਚਲੋ ਵੈੜਾ ਨਹੀਂ ਮੁੱਕ ਗਿਆ ਕੰਮ ਚਲੋ ਕੀ ਸੀ ਲੇਕਿਨ ਕੈਮਲ ਤੂੰ ਕਿਹਾ ਲੇਕਿਨ ਉਹਦੇ ਇੱਦਾਂ ਨੇ ਨਾ ਕਿਹਾ ਕੋਨਫੀਡੈਂਸ ਨਾਲ ਫਾਈਨਲ ਚਲੋ ਫਾਈਨਲ ਤੁਸੀਂ ਗੱਲ ਯਾਰ ਵੈਸੇ ਬਾਸ ਕਿਆ ਬਾਤ ਕੀ ਗੱਲਾਂ ਕੀਤੀਆਂ ਨੇ ਚਲੋ 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 ਸਾਲਗਿਰਾ ਮੈਂ ਮੇਰੇ ਹੱਥ ਤੱਕ ਸੀ ਮੈਂ ਕਰ ਲਈ ਨਾ ਇੰਨੀ ਹੁਣ ਤੂੰ ਇੱਕ ਸਾਲਗਿਰਾ ਵੱਡੀ ਆਰਗੇਨਾਈਜ਼ ਕਰ ਆਪਣੀ ਠੀਕ ਹੋ ਗਿਆ ਸਾਲਗਿਰਾ ਤੂੰ ਕਰ ਕਿਤੇ ਚਲਾ ਜਾ ਕਿਸੇ ਵੀ ਜਗ੍ਹਾ ਤੇ ਚਲਾ ਜਾ ਰੈਸਟੋਰੈਂਟ ਚ ਕੈਫੇ ਚ ਚਲਾ ਜਾ ਉੱਥੇ ਚੱਲ ਜਾਈ ਉੱਪਰ ਬੁਲੇਵਾਰਡ ਚ ਉੱਪਰ ਪਤਾ ਕੀ ਆਮ ਦਾਵਤ ਹੈ ਸਾਰਿਆਂ ਨੂੰ ਮੇਰੀ ਗੱਲ ਮੁੱਕੀ ਹਲੇ ਬੁਲੇਵਾਰਡ ਚ ਚਲਾ ਜਾ ਉੱਪਰ ਉੱਥੇ ਉਹ ਉਮਰ ਸਾਹਿਬ ਨੂੰ ਕਹੀ ਕਿ ਭਾਈ ਜਾਨੀ ਭਾਈ ਨੇ ਭੇਜਿਆ ਉਹ ਤੈਨੂੰ ਪੂਰਾ ਇੱਕ ਅਰੇਂਜ ਕਰ ਦੇਣਗੇ ਬੁਲੇਵਾਰਡ ਦੇ ਉੱਪਰ ਠੀਕ ਹੈ ਅਰੇਂਜ ਕਰ ਦੇਣਗੇ ਸਾਲਗਿਰਾ ਦਾ ਉੱਥੇ ਪ੍ਰੋਪਰ ਸਾਲਗਿਰਾ ਨਾਲ ਮੁਦੱਸਰ ਨੂੰ ਬੁਲਾ ਨਾਲ ਕਾਲੂ ਉਹਨਾਂ ਨੂੰ ਸਾਰਿਆਂ ਦੋਸਤਾਂ ਨੂੰ ਬੁਲਾ ਕੇ ਅਤੇ ਉੱਥੇ ਨਾਲ ਰਿਕਾਰਡਿੰਗ ਕਰੋ ਨਾਲ ਤੂੰ ਆਪਣੀ ਸਾਲਗਿਰਾ ਮਨਾ ਦੇਖੋ ਮੈਂ ਕਲਿੱਪ ਵੀ ਉਸਤਾਦ ਜੀ ਮੇਰੇ ਯਾਰਾਂ ਨੇ ਭੇਜਣੇ ਨੇ ਦੋਸਤਾਂ ਨੇ ਭੇਜਣੇ ਮੈਂ ਉਹ ਵੀ ਲਾ ਰਹੇ ਜੀ ਆਪਣੇ ਅੱਛਾ ਮੇਰੀ ਰੀਸ ਮਤਲਬ ਕਿ ਜੋ ਮੈਂ ਕੀਤਾ ਉਹ ਹੀ ਤੂੰ ਕਰਨਾ ਸਾਜੀ ਤੂੰ ਆਪਣੇ ਚੈਨਲ ਤੇ ਲਾ ਦੇ ਨਕਸ਼ੇ ਕਦਮ ਚਲੋ ਤੁਸੀਂ ਆਪਣੇ ਚੈਨਲ ਤੇ ਲਾ ਮੈਂ ਫਖਰ ਦੇ ਨਾਲ ਮੈਂ ਕਹਿੰਦਾ ਮੈਂ ਆਪਣੇ ਉਸਤਾਦ ਦੇ ਨਸ਼ੇ ਕਦਮ ਤੇ ਚੱਲਣਾ ਚਲੋ ਫੈਸਲ ਭਾਈ ਦੇ ਸਾਲ ਕਿਹੜਾ 1500 ਰੁਪਏ ਦਿੱਤਾ ਸੀ ਦੇ ਕਿਹੜਾ ਮੈਨੂੰ ਦਿੱਤਾ ਸੀ ਵੈਸੇ ਮੈਂ ਉਹਨੂੰ 1500 ਦਿੱਤਾ ਸੀ ਕੀ ਪਤਾ ਤੂੰ ਕੀ ਦਿੱਤਾ ਸੀ ਮੈਂ ਉਹਨੂੰ 1500 ਦਿੱਤਾ ਸੀ ਕੀ ਲਿਆ ਸੀ ਕੁਛ ਵੀ ਨਹੀਂ ਵੈਸੇ ਦਿੱਤਾ ਸੀ ਮੈਂ ਪਿਆਰ ਨਕਸ਼ੇ ਕਦਮ ਤੇ ਚਲਾ ਲਈ ਨਹੀਂ ਮੈਂ ਹਰ ਗੱਲ ਮੰਨਾਂ
ਸਹੀ ਹੈ ਚਲੋ ਭਾਵੇਂ ਦੀ ਸਾਲਗਿਰਾ ਇੱਕ ਵੀ ਜੁਗਾ ਤੈਨੂੰ ਗਿਫਟ ਹੋਣੀ ਚਾਹੀਦੀ ਚਲੋ ਹਾਂਜੀ ਚਲੋ ਫਰੀਦ ਭਾਈ ਫੈਸਲ ਭਾਈ ਦੀ ਭਾਈ ਸਾਲਗਿਰਾ ਆਇਆ ਗਲੀ 'ਚ ਟੈਂਟ ਲੱਗੇ ਵੱਡਾ ਕੇਕ ਅਤੇ ਕਮਾਈਏ ਦੇ ਲਾਗੋ ਲੰਘਦੀ ਲੰਘਦੀ ਕਹਿ ਗਈ ਤੇਰਾ ਮੂੰਹ ਤੇ ਖਾ ਲੂੰਗਾ ਨਾ ਸਾਲਗਿਰਾ ਤੈਨੂੰ ਪੱਪਦੀ ਕਾਲੂ ਵਾਲਾ ਹਾਂਜੀ ਆਪਣੀ ਸਾਲਗਿਰਾ ਬਣਾਈ ਜਾਂਦੇ ਤੇ ਆਪਣਾ ਇੱਕ ਤਾਇਆ ਮਾਰਤਾ ਇਹਨੇ ਕਿੱਦਾਂ ਉਹ ਸ਼ੂਗਰ ਦਾ ਮਰੀਜ਼ ਸੀ ਉਹਨੂੰ ਰੋਜ਼ ਰਾਤ ਨੂੰ ਮੈਸੇਜ ਕਰਦੇ ਰਹਿੰਦਾ ਸਵੀਟ ਡ੍ਰੀਮ ਸਵੀਟ ਡ੍ਰੀਮ ਉਹ ਖਾਬਾਂ ਨਾਲ ਹੀ ਮਰ ਗਿਆ ਛੁਰੀ ਨਹੀਂ ਲੱਭੀ ਤੂੰ ਗਿਆ ਸੀ ਨਾ ਸਾਰੇ ਇੱਕ ਹੀ ਜੁਗਤ ਕਰਨ ਹਾਂ ਤੂੰ ਇੱਕ ਹੋਰ ਖਾ ਕੇਕ ਕਿਤਨੇ ਵਜੇ ਉਠਾਇਆ ਜਾਏਗਾ ਦਾਵਤ ਆਮ ਹੈ ਸਾਰਿਆਂ ਨੂੰ ਮੇਰੇ ਵੱਲੋਂ ਨਹੀਂ ਦਾਵਤ ਹੈਗੀ ਤਾਂ ਡੇਟ ਵੀ ਤਾਂ ਦੱਸਣਾ ਕਿਹੜੀ ਡੇਟ ਨੂੰ ਸਾਰਾ ਸਾਰਾ ਓਕੇ ਜੀ ਅੱਲਾ ਹਾਫਿਜ਼ ਜੀ ਚਲੋ ਲਵ ਯੂ ਖਿਆਲ ਰੱਖਣਾ ਆਪਣਾ